ਰਕਮਾਂ ਗਿਣੀਆਂ ਜਾ ਰਹੀਆਂ ਨੇ ਗਿਣੋ 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 ਫੜ ਨਾ ਪੈਸੇ ਆਪਣੇ ਫੜ ਮੇਰੇ ਨਹੀਂ ਇਹ ਦੇ ਰਹੇ ਤੁਹਾਨੂੰ ਉਹ ਕਹਿੰਦਾ ਗਿਣੇ ਗਿਣੋ ਇਹ ਉਹ ਕੀ ਦੇ ਮੰਗਣ ਚਲਾ ਗਦਾਗਰੀ ਤੇ ਜੁਰਮ ਹੈ ਉਹ ਖਾਰ ਹੁਣ ਮੈਂ ਮਜਬੂਰ ਆ ਮੈਂ ਪੇਸ਼ਨ ਹੋਇਆ ਵੱਡਾ ਆਪਰੇਸ਼ਨ ਹਾਂਜੀ ਮਰਦਾਂ ਦਾ ਤੇ ਨਹੀਂ ਵੱਡਾ ਨਹੀਂ ਗੁਰਦਾ ਮੇਰਾ ਖਰਾਬ ਹੋਏ ਰੋਹ ਦੀ ਕਿੰਨੀ ਝੜੀ ਲੱਗ ਜਾਂਦੀ 500-600 ਰੁਪਏ ਲੱਗਦੀ ਹੈ ਮੈਂ ਉਹਨੇ ਹੀ ਬੇਟਾ ਮਾਇਆ ਮੈਂ ਬਹਿ ਬਹਿ ਕੇ ਮੰਗਦਾ ਆ ਮੈਂ ਤੁਰ ਫੇਰ ਕੇ ਨਹੀਂ ਮੰਗ ਸਕਦਾ ਇਹ ਸਾਰਾ ਕੁਝ ਕਿਉਂ ਪਿਆ ਇਹ ਕਲੰਦਰੀ ਲਿਫਾਜ ਇਹਦੇ ਨਾਲ ਕੀ ਹੁੰਦਾ ਹੈ ਕੁਝ ਵੀ ਨਹੀਂ ਹੈ ਬਸ ਇਹ ਲਾਈਆਂ ਆ ਤੋਂ ਖੰਮਿਆਂ ਨਾਲੋਂ ਇਹ ਤਸਵੀਆਂ ਨਹੀਂ ਨਾ ਇਹ ਦੂਜੇ ਮੰਗਣਾ ਹੀ ਆ ਇਹ ਆ ਤੁਲੰਦਰ ਨੇ ਵੱਟੇ ਆ ਬਸ ਆ 500 ਮੇਰਾ ਆਪਣਾ ਆ ਵੱਡਾ ਅਫਸਰ ਆ ਉਹ ਵੱਡਾ ਅਫਸਰ ਤੇ ਮੰਗਣ ਦੇ ਬਸ ਇਹ ਆਰਤ ਪੈ ਗਈ ਇਹਨੂੰ ਇੱਕ ਵਾਰੀ ਇੱਕ ਬੰਦੇ ਨੇ ਇਹਨੂੰ ਪੈਸੇ ਦਿੱਤਾ ਸੀ 1500 ਰੁਪਿਆ ਉਹਨਾਂ ਦੇ ਘਰ ਦਾ ਕੋਈ ਝਗੜਾ ਹੋਇਆ ਸੀ ਇਹਨੇ ਪੈਸੇ ਲਏ ਸੀ 1500 2000 ਕਹਿੰਦਾ ਮੈਂ ਤੇਰਾ ਕੰਮ ਕਰਾ ਦਾਂਗਾ ਸੁਲਾ ਕਰਵਾ ਦਾਂਗਾ ਤੇਰੀ 2000 ਰੁਪਿਆ ਨੇ ਦਿੱਤਾ ਸੀ ਲੜਾਈ ਝਗੜਾ ਨਹੀਂ ਮੁੱਕਿਆ ਹਾਂ ਇਹਨੂੰ ਕੋਈ ਕਿਤੇ ਮੁਕਣਾ ਸੀ ਤੇ ਆ ਬੜਾ ਰੰਗ ਰਕਮਾਂ ਗਿਣੀਆਂ ਜਾ ਰਹੀਆਂ ਨੇ ਗਿਣੋ 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 ਹਾਂ ਫੜ ਨਾ ਪੈਸੇ ਆਪਣੇ ਫੜ ਮੇਰੇ ਨਹੀਂ ਇਹ ਦੇ ਰਹੇ ਤੁਹਾਨੂੰ ਕਹਿੰਦਾ ਗਿਣੇ ਗਿਣੋ ਇੱਧਰ ਆ ਨਾ ਇੱਧਰ ਦੇ ਦੇ ਰਿਹਾ ਚਾਚਾ ਵੱਧ ਦੇ ਦੇ ਕੀ ਹੋ ਰਿਹਾ ਕੁਛ ਨਹੀਂ ਹੋ ਰਿਹਾ ਕਰਵਾਇਆ ਰੇ ਕਰਵਾਇਆ ਓਏ ਹਾਂਜੀ ਇੱਧਰ ਛਿੱਤਰ ਲਾ ਕੇ ਹੋਰ ਫੁੱਲ ਟਾਈਮ ਹੋਰ ਬਾਬਾ ਯੋ ਕੀ ਦੇ ਹਾਂ ਇਹ ਹੋ ਕੀ ਦੇ ਮੰਗਣ ਚਲਾ ਗਦਾਗਰੀ ਤੇ ਜੁਰਮ ਹੈ ਉਹ ਖਾਰ ਹੁਣ ਮੈਂ ਮਜਬੂਰ ਆ ਮੈਂ ਪ੍ਰੈਸ਼ਰ ਹੋਇਆ ਵੱਡਾ ਕੀ ਹੈ ਪ੍ਰੈਸ਼ਰ ਬੜਾ ਹੋਇਆ ਆ ਵੱਡਾ ਪ੍ਰੈਸ਼ਰ ਹਾਂਜੀ ਮਰਦਾਂ ਦਾ ਤੇ ਨਹੀਂ ਵੱਡਾ ਪ੍ਰੈਸ਼ਰ ਨਹੀਂ ਗੁਰਦਾ ਮੇਰਾ ਸੀ ਖਰਾਬ ਹੋਏ ਅੱਛਾ ਗੁਰਦਾ ਖਰਾਬ ਹਾਂ ਪੱਥਰੀਆਂ ਦੀ ਠੀਕ ਹੈ ਨਹੀਂ ਇੱਕ ਚ ਪੈ ਕੱਢ ਲਿਕ ਖਰਾਬ ਆ ਇੱਕ ਸਹੀ ਆ ਆ ਜਾ ਬਾਬਾ ਜੀ ਆ ਜਾ ਜਿਹੜੇ ਜਿਹੜੇ ਜਿਹਨੂੰ ਦਿਓ ਉਹਨਾਂ ਦੇ ਵਿਚਾਰਿਆਂ ਦੇ ਨਹੀਂ ਨਹੀਂ ਉਹ ਮੈਂ ਨਾਲ ਦਾ ਹੀ ਆ ਵੀ ਇਹ ਵੀ ਨਾਲ ਹੀ ਮੰਗਦੇ ਹਾਂ ਅੱਛਾ ਜੋੜੀ ਹੈ ਕੱਟੀ ਮੰਗਦੇ ਰੋਹ ਦੀ ਕਿੰਨੀ ਝੜੀ ਲੱਗ ਜਾਂਦੀ 500-600 ਰੁਪਏ ਲੱਗਦੀ ਹੈ ਨਾ ਕਰੋ ਬਾਬਾ ਮੈਂ ਉਹਨਾਂ ਹੀ ਬੇਟਾ ਮਾਇਆ ਮੈਂ ਬਹਿ ਬਹਿ ਕੇ ਮੰਗਦਾ ਆ ਮੈਂ ਤੁਰ ਫੇਰ ਕੇ ਨਹੀਂ ਮੰਗ ਸਕਦਾ ਅੱਛਾ ਹਾਂਜੀ ਆ ਹੁਣ ਮੈਂ ਇੱਥੇ ਬਹਿ ਗਿਆ ਆ ਇੱਥੋਂ ਹੁਣ ਉੱਥੇ ਬਹਿ ਜਾਣਾ ਆ ਇਹ ਹਿਸਾਬ ਨਾਲ ਇਹ ਸਾਰਾ ਕੁਝ ਕਿਉਂ ਪਿਆ ਇਹ ਕਲੰਦਰੀ ਲਿਫਾਜ ਆ ਇਹਦੇ ਨਾਲ ਕੀ ਹੁੰਦਾ ਹੈ ਕੁਝ ਵੀ ਨਹੀਂ ਹੈ ਬਸ ਇਹ ਲਾਈਆਂ ਆ ਤੋਂ ਖੰਮਿਆਂ ਨਾਲੋਂ ਜਿਆਦਾ ਖੰਮਿਆਂ ਨਾਲ ਲੱਗਦੀਆਂ ਆ ਖੰਮਿਆਂ ਨਾਲ ਲਾ ਕੇ ਇੱਥੇ ਪਾ ਲਈ ਹੋਰ ਕਿਉਂ ਜ਼ੁਲਮ ਕਰੀਏ ਇਹ ਇਹ ਤਸਵੀਆਂ ਨਹੀਂ ਨਾ ਇਹ ਦੂਜੇ ਮੰਗਣਾ ਹੀ ਆ ਇਹ ਇਹ ਪੱਥਰ ਦੇ ਜੈਨੂਅਲ ਹਾਂ ਜੀ ਇਹ ਓਰੀਜਨ 1 ਨੰਬਰ ਪੱਥਰ ਨੇ ਹਾਂ ਤੇ 2 ਨੰਬਰ ਨਹੀਂ ਆ 0 ਮੀਟਰ ਦਾ ਹਾਂ 0 ਮੀਟਰ ਦੇ ਕਲੰਬਰ ਆ 0 ਮੀਟਰ ਦੇ ਇਹ ਕਿੰਨੇ 1 ਕਿਲੋਮੀਟਰ ਵੀ ਨਹੀਂ ਚੱਲਿਆ ਕੌਣ ਮੈਂ ਨਹੀਂ ਨਹੀਂ ਇਹ ਤਾਂ ਬੜਾ ਪੁਰਾਣੇ ਆ ਇਹ ਬੜੇ ਪੁਰਾਣੇ ਹਾਂ ਤੇ ਬਾਬਾ ਜੀ ਕਦੋਂ ਤੋਂ ਕਰ ਰਹੇ ਹੋ ਕੰਮ ਇਹ ਕਿਲੋ ਮੈਂ ਪੈਰ ਤੋਂ ਡਿੱਗ ਆਇਆ ਪੈਰ ਸੁੱਜ ਗਿਆ ਨਹੀਂ ਪੈਰ ਤੋਂ ਡਿੱਗ ਪਿਆ ਸੀ ਪੈਰ ਤੋਂ ਡਿੱਗ ਪਿਆ ਸੀ ਪੈਰ ਤੋਂ ਡਿੱਗ ਪਿਆ ਹਾਂ ਪੁੱਤਰ ਕਿੰਨੇ ਜੇ ਪੁੱਤਰ ਮੇਰੇ ਪੜਦੇ 2 ਤੇ ਚਾਰ ਮੁੰਡੇ ਦਾ ਚਾਰ ਮੁੰਡੇ ਦਾ ਨਿੱਕੇ ਨਿੱਕੇ ਹੀ ਆ ਵੱਡੇ ਕਿੱਡੇ 2 ਪੜਦੇ ਕਾਕਾੜੇ ਕਾਕਾੜੇ ਪੜਦੇ ਦਰਸ਼ੇ ਦੀ ਕਾਕਾੜੇ ਪੜਦੇ ਦਰਸ਼ੇ ਜੀ ਤੁਸੀਂ ਪੜਾਉਂਦੇ ਹੋ ਨਹੀਂ ਕਾਕਾਈ ਸਾਹਿਬ ਪੜਾਉਂਦਾ ਕਾਰੀ ਸਾਹਿਬ ਪੜਾਉਂਦਾ ਹਾਂ ਜੀ ਪੈਸੇ ਮਹੀਨੇ ਦੇ ਕੋਲ ਮਹੀਨੇ ਦੇ ਮੈਂ ਹੀ ਕਰਦਾ ਤੁਸੀਂ ਕਰਦੇ ਹਾਂ ਜੀ ਮੰਗ ਕੇ ਆਪਣੇ ਬੱਚੇ ਆ ਇਹ ਪੇਟ ਪੂਰਾ ਕਰਨਾ ਆ ਬੱਚੇ ਆਪਣੇ ਨਾਂ ਬਣੇ ਮੰਨਦੇ ਕਿਉਂ ਨਹੀਂ ਮੰਨਦੇ ਬਣਦੇ ਨੇ ਮੇਰੇ ਕੋਲ ਮੰਨਦੇ ਆ ਅੱਛਾ ਲੇਕਿਨ ਇਹ ਸਾਰਾ ਟੋਪੀ ਡਰਾਮਾ ਹੀ ਹੈ ਨਾ ਇਹਦਾ ਮਤਲਬ ਨਹੀਂ ਨਹੀਂ ਆਪਾਂ ਇਹ ਤਸਵੀਰ ਕਰਨ ਵਾਲੀ ਹੈ ਉਹ ਲੇਕਿਨ ਬਾਕੀ ਸਾਰਾ ਟੋਪੀ ਡਰਾਮਾ ਹੀ ਹੈ ਹਾਂ ਹੈ ਕਾਲੇ ਲੰਬੀ ਕਰ ਦਿੰਦੇ ਨਹੀਂ ਨਹੀਂ ਕੁਝ ਵੀ ਨਹੀਂ ਕਰਦੇ ਸਿਫਲੀ ਨਹੀਂ ਨਹੀਂ ਨਪੜ ਬੰਦੇ ਆ ਅੱਛਾ ਹਾਂ ਜੀ ਆ ਤੁਸੀਂ ਚੈੱਕ ਕਰੋ ਕਿੰਨੇ ਕੁ ਪੈਸੇ ਕਮਾਏ ਜੋ ਕਿਹੜੇ ਇਹ ਪੈਸੇ ਮੇਰੇ ਆ ਤੁਲੰਦਰ ਨੇ ਵੱਟੇ ਆ ਬਸ ਆ 500 ਮੇਰਾ ਆਪਣਾ ਆ ਦਹੋ ਬਾਕੀ ਕਿਤੇ 500 ਮੇਰਾ ਆਪਣਾ ਆ ਹਾਂ ਤੋ ਕੋਈ ਗੱਲ ਨਹੀਂ ਅਸੀਂ ਕਿਹੜੇ ਕੋ ਨਹੀਂ ਉਹ ਰੋਲਾ ਕੋਈ ਨਹੀਂ ਆ 500 ਮੇਰਾ ਆਪਣਾ ਅੰਦਰ ਦੀਆਂ ਜੇਬਾਂ ਜੇ ਕੱਢੋ ਨਹੀਂ ਅੰਦਰ ਦੀ ਜੇਬਾਂ ਨਹੀਂ ਰੋਣਕ ਲੱਗੇ ਰੋਣਕ ਲੱਗੇ ਨਹੀਂ ਨਹੀਂ ਰੋਲਾ ਕੋਈ ਨਹੀਂ ਆ ਹਾਂ ਨਹੀਂ ਹੋਰ ਅੰਦਰ ਦੀਆਂ ਜੇਬਾਂ ਹਾਂ ਨਹੀਂ ਮੈਂ ਆਇਆ ਕਰੋ ਹੁਣ ਵਾ ਹਾਂਜੀ ਆਏ ਹਾਂ ਉਹ ਤਾਂ ਘਵਾਵਾ ਆਇਆ ਉਹ ਘਵਾਵਾ ਨੇ ਹਾਂ ਉਹ ਉਹ ਸਵੇਰ ਦਾ ਮੰਗਦਾ ਮੈਂ ਹੁਣ ਆਇਆ ਤੁਸੀਂ ਸਵੇਰ ਦੇ ਮੰਗਣ ਦੇ ਹੋ ਸਵੇਰ ਦੇ ਮੰਗਦੇ ਹੋ ਹਾਏ ਹਾਏ ਕਿਉਂ ਮੰਗਦੇ ਹੋ ਬਾਬਾ ਜੀ ਬਦਾ ਦੇ ਜੀ ਕੋੜੇ ਕੱਲਾ ਹੈਗਾ पेट भरते हैं ये लोग किसी भी तरीके से मांगते हैं बेकारी हैं किस तरीके से अपने बच्चों को पढ़ा रहा है ये बूढ़े बूढ़े है कितनी उम्र है मेरी उम्र 80 साल हुई है 80 साल से बच्चे एडे छोटे हाँ शादी लेट कराई थी शादी लेट कराई बहुत लेट क्यों लेट क्यों कराई बस नहीं कोई दिंदा सी रिश्ता तुम भी दाओ अपने पैसे भला किन्ने कमाए दाओ सारे दाओ कोई गल नहीं ਦੱਸੋਗੇ ਪ੍ਰੋਫਿਟੇਬਲ ਬਿਜ਼ਨਸ ਹੈ ਅਗੋ ਪੂਰੇ ਪਾਕਿਸਤਾਨ ਚ ਲੋਕਾਂ ਨੇ ਮੰਗਣਾ ਹੀ ਹੈ ਤਾਂ ਕਿ ਲੋਕੀ ਜਲਦੀ ਜਲਦੀ ਇੱਧਰ ਆਣ
मंग दी सारी मदद करो जी सारे बच्चे भुखे मरते मियां फौत हो जाए ऐसा कर करके मंग लेंगे दो तीन घंटे मैं मंगना बस चार तीन पांच छे सौ कमाना घर चल जाना यकीन करें कि आप दिनों में अच्छे खासे अमीर हो जाएंगे। ये बाबा जी दे भतीजे अफसर की लगा अफसर किस कदर दुख तकलीफ की बात है इर्ज की मिठे आ मिठे भी मैंने दिते किसी ने यानी कि पीरी फकीरी कोई नहीं है सिर्फ एक रंग बाजी है मंगन दी वाला तो वाकन मलंग लोग हैं जी मंगन ना जवाजी है जी मलंग लोग वाले जेडे सड़कों के ऊपर अवे ही हां रेडी है एक नंबर दा एक करिए एक बंदे ने नु पैसे दिता सी 1500 रुपया उन्होंने घर का कोई झगड़ा होया सी इन्हें पैसे ले सी 1500 2000 कहंदा मैं तेरा काम करा दांगा सुलह करवा दांगा तेरी एक मुंडा आया सी इहदे कोल चुड़ैल ਕਿਨਾ 2000 ਰੁਪਏ ਦਊਂਗਾ ਕਿਸੇ ਨੂੰ ਮੈਂ ਜ਼ਰਾ ਤੈਨੂੰ ਸ਼ਰਮ ਨਹੀਂ ਆ ਨਹੀਂ ਆ ਜੀ ਇਹ ਕੰਮ ਨਹੀਂ ਕੁਰਸੀ ਸੁਣਾ ਦੇ ਉਹ ਨਹੀਂ ਆਈ ਇਹਨੂੰ ਐਤਲ ਕੁਰਸੀ ਐਤਲ ਕੁਰਸੀ ਕਹਿੰਦੇ ਨਹੀਂ ਮੈਂ ਤੁਹਾਨੂੰ ਪੜਵਾ ਤੈਨੂੰ ਪਹਿਲੇ ਦੱਸਿਆ ਨਮਾਜ਼ ਆਂਦੀ ਹਾਂ ਨਹੀਂ ਨਮਾਜ਼ ਨਹੀਂ ਆਂਦੀ ਨਮਾਜ਼ ਵੀ ਨਹੀਂ ਨਹੀਂ ਤੈਨੂੰ ਆਂਦੀ ਦੂਸਰਾ ਕਲਮਾ ਨਹੀਂ ਆਂਦਾ ਦੂਸਰਾ ਕਲਮਾ ਆਂਦਾ ਹਾਂ ਜੀ ਦੂਸਰਾ ਕਲਮਾ ਸ਼ਾਦਤ ਸ਼ਾਦਤ ਲਾ ਇਲਾਹ ਇਲਲਾਹ ਵਾਦਾਹੁ ਲਾ ਸ਼ਰੀ ਕਾਲਾਹੁ ਬਸ਼ਾਦਨਾ ਮੁਹੰਮਦਨ ਅਬਦੁਹੁ ਰਸੂਲੁ ਦੂਸਰਾ ਕਲਮਾ ਤੇ ਆ ਸੌਮ ਕਲਮਾ ਤਮਜੀਦ ਸੁਭਾਨੱਲਾਹ ਵਲਹਮਦੁਲਿਲਾਹ ਵਲਾ ਇਲਾਹ ਇਲਲਾਹ ਵੀ ਆਂਦਾ ਇਲਾਹ ਦਾ ਤੂੰ ਕਿਸ ਤਰ੍ਹਾਂ ਜਿਹੜੇ ਪੈਸੇ ਨਹੀਂ ਉਹਨੇ ਦਿੱਤੇ ਬੰਦੇ ਦੇ ਉਹ ਦੋ ਤਿੰਨ ਦਿਨ ਆਂਦਾ ਰਿਹਾ ਵੇ ਇਹਦੇ ਕੋਲ ਨਾ ਮੈਨੂੰ ਪੀਰ ਦਿਖਾ ਮੈਂ ਖਾਲੀ ਪੀਰ ਦਿਖਾਵਾਂ ਕਿਹਨਾ ਮੈਂ 2-3000 ਰੁਪਏ ਦੇ ਦੂੰ ਮੇਰੇ ਘਰ ਵਾਲੀ ਆ ਜਵੇ ਮੈਨੂੰ ਕੋਈ ਲੋੜ ਪੀਰ ਦਿਖਾ ਲੈਣੀ ਦੀ ਜਗ ਲੱਭ ਦੇ ਪੈਸੇ ਕਦੇ ਲੈ ਨਹੀਂ ਲੈ ਨਹੀਂ ਉਹ ਕਿਹਨਾ ਮੈਨੂੰ 2-3000 ਰੁਪਏ ਦਵਾ ਦੇ ਤੇ ਮੇਰਾ ਘਰ ਵਾਲੀ ਆ ਜਵੇ ਮੈਨੂੰ ਕੋਈ ਲੋੜ ਕਦੇ ਦਿਖਾਉਣ ਦੀ ਪੀਰਾਂ ਨੂੰ ਮੈਂ ਤਾਂ ਮੰਗਣਾ ਆ ਇਹਨੇ ਪੈਸੇ ਦਿੱਤੇ ਨਹੀਂ ਸੀ ਉਹਨੂੰ ਮੈਨੂੰ ਦਿੱਤੇ ਨਹੀਂ ਉਹ ਮੁੰਡਾ ਸਾਨੂੰ ਕਹਿੰਦਾ ਯਾਰ ਪੈਸੇ ਲੈਣ ਇਹਨੇ ਪੈਸੇ ਨਹੀਂ ਹੁੰਦੇ ਰਿਆ ਮੈਂ ਕਿਉਂ ਝੂਠ ਬੋਲੀ ਜਾਣਾ ਦਾੜੀ ਕਰਵਾ ਦੀ ਜੀ ਕਿਉਂ ਚਾੜੀ ਦਾੜੀ ਆ ਚਲੋ 15 ਤੇ ਕਾਲ ਕਰਨੇ ਆ ਸਾਰਾ ਸੈ ਦੱਸ ਦਿਓ ਪੂਰੀ ਕਹਾਣੀ ਵਰਨਾ ਮੈਂ ਨਹੀਂ ਨਹੀਂ ਥਾਣੇ ਵੀ ਲੈ ਜਾ ਕੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਥਾਣੇ ਤੁਹਾਨੂੰ ਕੋਈ ਮਸਲਾ ਨਹੀਂ ਹਾਂ ਆਈਡੀ ਕਾਰਡ ਹੈ ਜੀ ਹਾਂਜੀ ਬਿਲਕੁਲ ਘਰ ਪਿਆ ਘਰ ਪਿਆ ਹਾਂਜੀ ਓਏ ਹੋਏ ਮੈਂ ਸਮਝ ਰਿਹਾ ਸੀ ਕਿ ਸਾਦੇ ਲੋਕ ਹੈ ਆਪਣਾ ਪੇਟ ਪੂਜਾ ਕਰਨੇ ਕੇ ਲਈ ਮੰਗਤੇ ਹੈ ਲੇਕਿਨ ਇਹ ਤੋਂ ਮੁਕੰਮਲ ਤੌਰ ਤੇ ਉੱਪਰ ਫਰਾਡੀ ਹੈ ਰਾਸਤੇ ਮੇਂ ਹੀ ਇੱਕ ਵਿਟਨੈਸ ਮਿਲ ਗਈ ਹੈ ਕਿਉਂ ਕਰ ਰਹੇ ਹੋ ਉਹ ਨਹੀਂ ਐਵੇਂ ਝੂਠ ਬੋਲਦਾ ਪਿਆ ਆ
ਅੱਛਾ ਉਹ ਝੂਠ ਬੋਲਦਾ ਸੀ ਸੱਚ ਬੋਲਦਾ ਉਹ ਕਹਿੰਦਾ ਮੈਨੂੰ ਪੀ ਦਿਖਾ ਇਹ ਕੀ ਪਿਆ ਇਹ ਗੱਲ ਜੀ ਪੀ ਦਿਖਾ ਕਹਿੰਦਾ ਤਾਂ ਮੈਂ ਇਹ ਕੀ ਰੰਗਬਾਦੀਆਂ ਲਈ ਇਹ ਤੇ ਮਲੰਗ ਲੋਕ ਆ ਸੀ ਮਲੰਗ ਲੋਕ ਹਾਂ ਅੱਛਾ ਤੇ ਇਹ ਨਾਲ ਉਹ ਧੜਾ ਉਜ਼ਾਰ ਹਾਂ ਜੀ ਮੇਰੇ ਕਾਸਾ ਇਹ ਕਾਜੀ ਰਹਿੰਦਾ ਆ ਇਹ ਕੀ ਵੇ ਇਹ ਕਾਸਾ ਕਰਕੋਲ ਕਰਸੋਲ ਇਹ ਕਰਕੋਲ ਆ ਕਾਸਾ ਅੱਛਾ ਕਰਸੋਲ ਹਾਂ ਇਹ ਮੇਰੇ ਕਾਜੀ ਰਹਿੰਦਾ ਆ खाने पीने के लिए पैसा नहीं होता, बेरोजगारी होती है, बिजली के बिल होते हैं, मुश्किलात का सामना होता है, तो डेफिनेटली चस्का लग जाता है मांगने का। और ये लोग आज उसी चस्के में मरे पड़े हैं और अपनी आकबत को भी भूल के बैठे हुए हैं। रंगबाजी देखें इस आदमी की, कितना उसने ये सारी चीज़ें पहनी हुई हैं लेकिन करता करा था वो कुछ भी नहीं। नादिन इस तरह के नमूने मैं आपकी खिदमत में पेश करता रहूँगा। ना तो इन्होंने बाज आना है और ना ही इनको को दुनिया में बाज रख सकता है, लेकिन हम इनका ताकुब करेंगे। अपना बहुत ख्याल रखिएगा, अल्लाह हाफिज़।